ਜਦੋਂ ਇਹ ਥੋੜ੍ਹੀ ਛੋਟੀ ਉਮਰ ਦਾ ਸੀ, ਇਹਨੂੰ ਅੰਮ੍ਰਿਤ ਵੀ ਛਕਾਇਆ, ਕੱਪੜੇ ਵੀ ਸਿਲਦਾ ਰਿਹਾ, ਇਹ ਬਹੁਤ ਮੁਲਾਜ਼ਮਾਂ ਦੇ ਕੱਪੜੇ ਇਸੇ ਕੋਲ ਆਉਂਦੇ ਹੁੰਦੇ ਸੀ, ਇਸੇ ਤੋਂ ਸਾਰੇ ਥਾਣੇ ਵਾਲੇ ਸਾਰੇ ਇਸੇ ਤੋਂ ਕਰਾਉਂਦੇ ਸੀ ਕੰਮ, ਅੰਮ੍ਰਿਤ ਦਾ ਛਕਿਆ ਹੋਇਆ ਸੀ, ਕੀਰਤਨ ਕਰਦਾ ਸੀ। ਇਹ ਗਾਉਣ ਵਾਲੀ ਲਾਈਨ ਦੇ ਵਿੱਚ ਕਿਵੇਂ ਚਲੇ ਗਏ ਫਿਰ? ਇਸ ਲਾਈਨ 'ਚ ਇਹ ਚਲੇ ਗਏ, ਪਹਿਲਾਂ ਇਹਨੇ ਤੁੰਬੀ ਸਿੱਖੀ ਮੇਰੀ ਮਾਸੀ ਦੇ ਮੁੰਡੇ ਤੋਂ, ਤੁੰਬੀ ਸਿੱਖ ਕੇ ਢੋਲਕੀ ਢਾਲਕੀ ਤਾਂ ਆਪ ਹੀ ਜਾਣਦਾ ਸੀ, ਬਾਜਾ ਵੀ ਜਾਣਦਾ ਸੀ, ਕੀਰਤਨ ਵੀ ਕਰਦਾ ਸੀ, ਸਾਰਾ ਕੁਛ ਕਰਦਾ ਸੀਗਾ, ਅਤੇ ਇਹਨੂੰ ਸ਼ੌਂਕ ਸੀ ਗਾਉਣ ਦਾ, ਬਸ ਇਹ ਉੱਧਰ ਹੀ ਚੱਲ ਪਿਆ। ਨਗੀਨਾ ਜੀ ਬਾਰੇ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਪਹਿਲਾਂ ਇਹ ਜਦੋਂ ਮਤਲਬ ਛੋਟਾ ਹੁੰਦਾ ਸੀ, ਛੋਟਾ ਹੋ ਕੇ ਮਤਲਬ ਇਹ ਵਿਆਹ ਗਿਆ ਸੀ, ਉਦੋਂ ਕੀਰਤਨ ਕਰਦਾ ਹੁੰਦਾ ਸੀਗਾ ਜੀ, ਬਹੁਤ ਵਧੀਆ ਰਾਗੀ ਸੀਗਾ ਜੀ। ਉਦੋਂ ਮਗਰੋਂ ਇਹ ਗੁਰਬਖਸ਼ ਸਿੰਘ ਅਲਵੇਲਾ ਸਾਹਿਬ ਨਾਲ ਗਾਉਣ ਲੱਗ ਗਿਆ ਸੀਗਾ ਜੀ। ਉਦੋਂ ਬਾਅਦ ਇਹ ਥੋੜ੍ਹੇ ਚਿਰ ਬਾਅਦ ਮਗਰੋਂ ਫਿਰ ਇਹ ਕਲਾਕਾਰੀ ਪੈ ਗਿਆ ਜੀ ਇੱਧਰ ਗਾਉਣ ਵਾਲੇ ਪਾਸੇ। ਇਹਨੂੰ ਅਸੀਂ ਇਹ ਕਹਿੰਦੇ ਹਾਂ ਵੀ ਅਜੇ ਵੀ ਤੂੰ ਮਤਲਬ ਜੀ ਦਾਰੂ ਛੱਡਣਾ ਵਧੀਆ, ਦਾਰੂ ਦੇ ਅਸੀਂ ਖਿਲਾਫ ਹਾਂ ਇਸ ਗੱਲ ਦੇ। ਬਾਈ ਇਹ ਨਹੀਂ, ਪਹਿਲਾਂ ਇੱਕ ਦਿਨ ਸਿਲਾਈ ਕਰਦੇ ਸੀਗੇ, ਸਿਲਾਈ ਕੋਲ ਅਸੀਂ ਇਹਦੇ ਕੋਲ ਜਾ ਕੇ ਬਹਿ ਜਾਂਦੇ ਸੀਗੇ, ਇਹਦੇ ਇਹ ਤੂੰਬੀ ਲਿਆਉਂਦਾ, ਤੂੰਬੀ ਵਜਾ ਕੇ ਆਪ ਹੀ ਗਾਈ ਜਾਂਦਾ ਸੀਗਾ ਇਹ। ਮੁੜ ਕੇ ਇੱਕ ਇਹਦਾ ਯਾਰ ਦੋਸਤ ਹੋਰ ਸੀਗਾ, ਉਹ ਆ ਕੇ ਜਿਮੀਂਦਾਰਾਂ ਮੁੰਡਾ ਸੀਗਾ, ਉਹ ਆ ਕੇ ਕਾਜ ਕਰਨ ਲੱਗ ਜਾਂਦਾ ਸੀ, 20-25 ਕਿੱਲਾ ਮਾਲਕ ਸੀਗਾ। ਮਤਲਬ ਇਹਨੇ ਗਾਇਕੀ ਵਿੱਚ ਨਾਮਾ ਬਹੁਤ ਬਹੁਤ ਖੱਟਿਆ, ਖੇਤਾਂ 'ਚ ਵੀ ਗਿਆ ਇਹ, ਮੋਟਰ 'ਤੇ ਵੀ ਗਾਇਆ ਇਹਨੇ, ਸਾਡੇ ਮਤਲਬ ਮੁੱਢ ਤੋਂ ਸਾਡੀ ਦਾ ਯਾਰ ਦੋਸਤ ਹੈ ਇਹ। ਪਰ ਹੁਣ ਵੀ ਵਧੀਆ ਵਧੀਆ ਗਾਉਂਦੇ, ਅਸੀਂ ਐਨ ਕਹਿੰਦੇ ਵੀ ਨਹੀਂ ਗਾਉਂਦੇ, ਬਹੁਤ ਵਧੀਆ ਜੀ ਸਾਡੇ ਦੋਸਤ, ਸਾਡੇ ਪੂਰੇ ਚੰਗੇ ਚੰਗੇ ਦੋਸਤ ਸੀ ਇਹ। ਹਾਂਜੀ ਇਹ ਬਚਪਨ ਤੋਂ ਹੀ ਗਾਉਣ ਲੱਗ ਗਏ ਸੀਗੇ, ਇਹ ਬਚਪਨ ਤੋਂ ਮਤਲਬ ਜੀ 18-19 ਸਾਲ 'ਚ ਗਾਉਣ ਲੱਗ ਗਏ ਸੀਗੇ, ਪਹਿਲਾਂ ਮਤਲਬ ਖਾੜੇ ਖੂੜੇ ਮਾੜੇ ਮੋਟੇ ਲਾਈਏ ਆ, ਅਤੇ ਮਤਲਬ ਪਹਿਲਾਂ ਤਾਂ ਗਾਇਕੀ ਬਹੁਤ ਵਧੀਆ ਇਹਨਾਂ ਦੀ, ਇਹੀ ਕਹਿ ਵੀ ਨੰਦਨ ਵਾਲੀ ਗਾਇਕੀ ਹੀ ਨਹੀਂ ਸੀਗੀ। ਇਹਦੀ ਗਾਇਕੀ ਬਾਰੇ ਮੈਂ ਇੰਨਾ ਕਹਿਣਾ, ਇਹਦਾ ਸਾਜਲੀ ਸੀ ਖਾੜਾ, ਲਾਈਵ ਸੀਗਾ ਸਾਜਲੀ, ਅਤੇ ਸਾਨੂੰ ਇਹਨੇ ਫੋਨ ਕਰਤਾ, ਕਹਿੰਦਾ ਬਾਈ ਮੈਂ ਫੇਰ ਗਾਊਂ ਜੇ ਤੁਸੀਂ ਆਉਂਗੇ। ਅਸੀਂ ਇੱਥੋਂ ਮੋਟਰਸਾਈਕਲ 'ਤੇ ਗਏ, ਇਹਨੇ ਸਾਨੂੰ ਪਰਮ ਬਰਾੜ ਸੀ ਇਹਦੇ ਨਾਲ ਗਾਉਂਦੀ, ਇੰਨਾ ਇਹਨੇ ਲਾਈਕ ਕਰਿਆ, ਬਹੁਤ ਵਧੀਆ ਐਵੇਂ ਕਹਿ ਦਈਏ ਗਾਉਂਦਾ ਹੁੰਦਾ ਬੰਦਾ, ਐਂ ਨਹੀਂ ਪਤਾ ਬੰਦੇ ਨੂੰ ਰੱਬ ਚੜ੍ਹਾ ਦੇ ਸਮਾਨ 'ਤੇ ਡੇਗ ਦੇ ਪਤਾ ਨਹੀਂ ਕਿਤੋਂ।